बिस्मिल्लाहिर्रहमानिर्रहीम अस्सलामुअलैकुम वरहमतुल्लाह जी आया नूं साडे यूट्यूब चैनल ते डेयरी एंड एग्री विद जुलकरनैन ते अज असी अपने डेयरी गाइड दे विच जिहड़ा अपना प्रोग्राम करन लगे हां ओह तुहानूं डैमो पेश करन लगे हां कि सब क्लीनिकल टैसट जिहनूं मखफी साड़ू कहिंदे ने मखफी थन रोग कहिंदे ने उस थन रोग जिहदा पता नहीं लगता इलम नहीं हुंदा ਉਹਦਾ ਅਸੀਂ ਅੱਜ ਪ੍ਰੈਕਟੀਕਲ ਤਜਰਬਾ ਕਰਾਂਗੇ ਕਿ ਕਿਸ ਤਰ੍ਹਾਂ ਸਰਫ ਟੈਸਟ ਕਰਕੇ ਮਲੂਮ ਕੀਤਾ ਜਾ ਸਕਦਾ ਕਿ ਆਇਆ ਸਾਡੇ ਜਾਨਵਰ ਨੂੰ ਸਾੜੂ ਤੇ ਨਹੀਂ ਪੈ ਗਿਆ ਕੋਈ ਮਖਫੀ ਸਾੜੂ ਦਾ ਸ਼ਿਕਾਰ ਤੇ ਨਹੀਂ ਇਸ ਵਾਸਤੇ ਜਿਹੜਾ ਸਰਫ ਟੈਸਟ ਹੁੰਦਾ ਅੱਜ ਅਸੀਂ ਉਹਦਾ ਪ੍ਰੈਕਟੀਕਲ ਜਿਹੜਾ ਨਾ ਜੀ ਉਹ ਕਰਨ ਲੱਗੇ ਹਾਂ ਅਤੇ ਤੁਹਾਨੂੰ ਹਾਂ ਜੀ ਸਰਫ ਟੈਸਟ ਕਿਸ ਤਰ੍ਹਾਂ ਕੀਤਾ ਜਾਂਦਾ ਅੱਛਾ ਜੀ ਸਭ ਤੋਂ ਪਹਿਲਾਂ ਅਸੀਂ 3% ਮਹਿਲੂਲ ਤਿਆਰ ਕਰਾਂਗੇ ਸਰਫ ਦਾ ਠੀਕ ਹੈ ਜੀ ਅਤੇ ਇਹ 3% ਮਹਿਲੂਲ ਵਾਸਤੇ ਅਸਾਂ ਤਕਰੀਬਨ 0.5 ਲੀਟਰ ਜਿਹੜਾ ਉਹ ਪਾਣੀ ਲੈ ਲਿਆ ਠੀਕ ਹੈ ਅਤੇ 0.5 ਲੀਟਰ ਪਾਣੀ ਦੇ ਵਿੱਚ 3% ਮਹਿਲੂਲ ਜਿਹੜਾ ਜੀ ਉਹਦੀ ਸਰਫ ਤਕਰੀਬਨ 15 ਗ੍ਰਾਮ ਜਿਹੜੀ ਸਰਫ ਹੈ ਉਹ ਇਸਤੇਮਾਲ ਹੋਏਗੀ ਇਹਦੇ ਵਾਸਤੇ ਜਿਹੜਾ 3% ਮਹਿਲੂਲ ਤਿਆਰ ਕਰਨ ਵਾਸਤੇ 0.5 ਲੀਟਰ ਪਾਣੀ ਦੇ ਵਿੱਚ ਜੇ ਲੀਟਰ ਪਾਣੀ ਹੋਵੇਗਾ ਤਾਂ ਫਿਰ 30 ਗ੍ਰਾਮ ਸਰਫ ਇਸਤੇਮਾਲ ਹੋਏਗੀ 3% ਮਹਿਲੂਲ ਵਾਸਤੇ ਚੌਂਕਾ ਅਸਾਂ ਪਾਣੀ 0.5 ਲੀਟਰ ਲਿਆ ਇਸ ਵਾਸਤੇ ਸਾਡੀ 15 ਗ੍ਰਾਮ ਜਿਹੜੀ ਸਰਫ ਹੈ ਨਾ ਉਹ ਇਸਤੇਮਾਲ ਹੋਏਗੀ ਠੀਕ ਹੈ ਜੀ ਅਤੇ ਇਹਦੇ ਵਾਸਤੇ ਇਹ ਤਕਰੀਬਨ ਅਸੀਂ 15 ਗ੍ਰਾਮ ਜਿਹੜੀ ਸਰਫ ਹੈ ਉਹ ਲੈ ਲਈ ਹੈ ਠੀਕ ਹੈ ਜੀ ਇਹ ਦੇਖੋ ਜੀ ਇਹ 15 ਗ੍ਰਾਮ ਸਰਫ ਇਹ 0.5 ਲੀਟਰ ਪਾਣੀ ਹੈ ਜੀ ਇਸ ਪਾਣੀ ਨੂੰ ਅਸੀਂ ਹੁਣ ਬੋਤਲ 'ਚ ਪਾ ਕੇ ਅਤੇ ਵਿੱਚ ਸਰਫ ਪਾ ਕੇ ਅਤੇ ਅੱਛੀ ਤਰ੍ਹਾਂ ਮਿਕਸ ਕਰ ਲਾਂਗੇ ਮਿਕਸ ਕਰਾਂਗੇ ਅਤੇ ਉਸ ਤੋਂ ਬਾਅਦ ਵੇਖੋ ਅਸਾਂ 4 ਅਲੱਗ-ਅਲੱਗ ਬਰਤਨ ਲੈਣੇ ਚੌਥਣਾਂ ਦਾ ਦੁੱਧ ਲੈਣ ਵਾਸਤੇ ਹਰ ਥਣ ਦਾ ਦੁੱਧ ਅਲੱਗ-ਅਲੱਗ ਲਵਾਂਗੇ ਇਸ ਇਹਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਮੱਝ ਦੇ ਅਗਰ ਖੁਦਾ ਨਾ ਖਾਸਤਾ ਸਾੜੂ ਹੈ ਅਤੇ 1 ਥਣ ਨੂੰ ਸਾੜੂ ਹੈ 2 ਨੂੰ ਸਾੜੂ ਹੈ ਕਿ 3 ਨੂੰ ਹੈ ਜਾਂ 4 ਨੂੰ ਹੈ ਅਗਲੀ ਬਾਈ 'ਚ ਜਾਂ ਪਿਛਲੀ ਬਾਈ 'ਚ ਕਿਸ ਸਾਈਡ 'ਤੇ ਸਾੜੂ ਹੈ ਇਸ ਵਾਸਤੇ 4 ਥਣਾਂ ਦਾ ਅਲੱਗ-ਅਲੱਗ ਜਿਹੜਾ ਜੀ ਅਸੀਂ ਦੁੱਧ ਲਵਾਂਗੇ 4 ਬਰਤਨ ਹਾਲੀ ਲੈਣੇ ਠੀਕ ਹੈ ਜੀ ਅਤੇ ਇਹ ਹੁਣ ਅਸੀਂ ਮਹਿਲੂਲ ਤਿਆਰ ਕਰਨ ਲੱਗੇ ਹਾਂ 0.5 ਲੀਟਰ ਪਾਣੀ ਹੈ 15 ਗ੍ਰਾਮ ਸਰਫ ਹੈ ਸਰਫ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜੀ ਤੁਹਾਡੇ ਘਰ ਦੇ ਵਿੱਚ ਤੁਸੀਂ ਇਸਤੇਮਾਲ ਪਾ ਕਰਦੇ ਹੋ ਕੋਈ ਵੀ ਸਰਫ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅੱਛਾ ਜੀ ਪਾਣੀ ਅਸਾਂ ਬੋਤਲ 'ਚ ਪਾ ਲਿਆ ਜੀ ਬੋਤਲ 'ਚ ਪਾਣੀ ਪਾ ਕੇ ਅਤੇ ਵਿੱਚ ਸਰਫ ਜਿਹੜੀ ਉਹ ਪਾ ਲਈ ਹੈ ਠੀਕ ਹੈ ਹੁਣ ਅਸੀਂ ਇਹਨੂੰ ਤਾਂ ਅੱਛੀ ਤਰ੍ਹਾਂ ਜਿਹੜਾ ਨਾ ਜੀ ਉਹ ਮਿਕਸ ਕਰਾਂਗੇ ਸਰਫ ਨੂੰ ਇਹਦੇ ਵਿੱਚ ਠੀਕ ਹੈ ਜੀ ਇਹਦਾ ਸਰਫ ਦਾ ਅਤੇ ਪਾਣੀ ਦਾ 3% ਮਹਿਲੂਲ ਸਾਡੇ ਕੋਲ ਰੈਡੀ ਹਾਲਤ 'ਚ ਤਿਆਰ ਹੈ ਹੁਣ ਇਸ ਤੋਂ ਬਾਅਦ ਇਨਸ਼ਾਅੱਲਾ ਤਾਲਾ ਅਗਲੇ ਸਟੈਪ 'ਚ ਇਹ ਨਾ ਚਵਾਂ ਜਿਸ ਜਾਨਵਰ ਦਾ ਟੈਸਟ ਕਰਨਾ ਬਲਕਿ ਗਾਹੇ ਪੂਰੇ ਹੜ੍ਹ ਦਾ ਕਰਦੇ ਰਹਿਣਾ ਚਾਹੀਦਾ ਠੀਕ ਹੈ ਜੀ ਮਹੀਨੇ 'ਚ 1 ਵਾਰ ਤਾਂ ਲਾਜ਼ਮੀ ਕਰਨਾ ਚਾਹੀਦਾ ਬਲਕਿ ਜਿਹੜੀ ਰਿਕਮੈਂਡੇਸ਼ਨ ਹੈ ਉਹ ਤਾਂ ਮਹੀਨੇ 2 ਦਫ਼ਾ ਹਰ 15 ਦਿਨਾਂ ਬਾਅਦ ਲੇਕਿਨ ਚਲੋ 2 ਦਫ਼ਾ ਨਹੀਂ ਤਾਂ 1 ਦਫ਼ਾ ਲਾਜ਼ਮੀ ਕਰੋ ਅਤੇ 4 ਬਰਤਨ ਚਵਾਂ ਥਣਾਂ ਦਾ ਲੈਦਾ ਲੈਦਾ ਦੁੱਧ ਲੈਣਾ ਠੀਕ ਹੈ ਜੀ ਚੱਲ ਹੁਣ ਜੀ ਅਸੀਂ ਸੈਂਪਲ ਲੈਣ ਲੱਗੇ ਹਾਂ ਇਹ ਆਪਣਾ ਸਰਫ ਟੈਸਟ ਵਾਸਤੇ ਠੀਕ ਹੈ ਜੀ ਚਲੋ ਬੜਾ ਠੀਕ ਹੈ ਜੀ ਅਤੇ ਇਹ ਹਰ ਥਣ ਦਾ ਅਲੱਗ-ਅਲੱਗ ਦੁੱਧ ਇਹ ਰੱਖਣਾ ਵੀ ਅਲੱਗ-ਅਲੱਗ ਤਾਂ ਕਿ ਤੁਹਾਨੂੰ ਯਾਦ ਵੀ ਰਹੇ ਕਿ ਕਿਹੜਾ ਇਹ ਪਹਿਲੋਂ ਅਸੀਂ ਚੱਲ ਠੀਕ ਹੈ ਇਹ ਪਿਛਲੇ ਥਣ ਦਾ ਜੀ ਚਵਾਈ ਵਾਲੇ ਦਾ ਆ ਗਿਆ ਠੀਕ ਹੈ ਇਹ ਹੁਣ ਪਰਲੇ ਥਣ ਦਾ ਠੀਕ ਹੈ ਜੀ ਇਹ ਹੁਣ ਉਰਲੇ ਥਣ ਦਾ ਜੀ ਠੀਕ ਹੈ ਸਰਫ ਟੈਸਟ ਵਾਸਤੇ ਚਲੋ ਜੀ ਇਹ 4 ਥਣਾਂ ਦਾ ਦੁੱਧ ਜੀ ਲੈ ਲਿਆ ਗਿਆ ਠੀਕ ਹੈ ਜੀ ਇਹ ਅਸਾਂ ਜਿਸ ਤਰਤੀਬ ਨਾਲ 4 ਥਣਾਂ ਹੀ ਲਿਆ ਉਸੇ ਤਰਤੀਬ ਨਾਲ ਇੱਥੇ ਰੱਖ ਲਿਆ ਹਾਂਜੀ ਹੁਣ ਚੋਲੋ ਇਹਨੂੰ ਬਾਕੀ ਠੀਕ ਹੈ ਜੀ ਇਹ ਅਗਲੇ 2 ਥਣਾਂ ਦਾ ਉਹ ਪਿਛਲੇ 2 ਥਣਾਂ ਦਾ ਠੀਕ ਹੈ ਇਹਦੇ ਵਾਸਤੇ ਤੁਸੀਂ ਨਿਸ਼ਾਨੀ ਭਾਵੇਂ ਕੌਲੀਆਂ ਲਾ ਲਓ ਜਾਂ ਇੱਕ ਦੀ ਮਾਰਕੀਟ ਦੇ ਵਿੱਚੋਂ ਬਣੀ ਬਣਾਈ ਜਿਹੜੀ ਹੈ ਜੀ ਇਹ ਸੈਂਪਲ ਲੈਣ ਵਾਸਤੇ ਇੱਕ ਬਣੀ ਬਣਾਈ ਕਿੱਟ ਵੀ ਮਿਲਦੀ ਹੈ
ਉਹਦੇ 'ਚੋਂ ਚਾਰ ਕੌਲੀਆਂ ਦੀਆਂ ਇਕੱਠੀਆਂ ਜੁੜੀਆਂ ਹੁੰਦੀਆਂ, ਉਹ ਵੱਡੇ ਵੱਡੇ ਡੇਅਰੀ ਫਾਰਮ ਵਾਲਿਆਂ 'ਤੇ ਉਹ ਰੱਖੀ ਹੁੰਦੀ ਹੈ। ਠੀਕ ਹੈ, ਲੇਕਿਨ ਸਾਡੇ ਵਰਗੇ ਜਿਹੜੇ ਪਿੰਡਾਂ ਥਾਵਾਂ ਵਾਲੇ ਜੀ ਨੇ ਉਹ ਇਸੇ ਤਰ੍ਹਾਂ ਹੀ ਕਰ ਕਰਾ ਲੈਂਦੇ ਨੇ, ਅਤੇ ਤੁਸੀਂ ਚਾਰ ਬਰਤਨ ਲੈ ਕੇ ਉਹਨਾਂ 'ਚੋਂ ਉਹਨੂੰ ਨਿਸ਼ਾਨ ਲਾ ਲਓ, ਇੱਕ ਦੋ ਤਿੰਨ ਚਾਰ, ਅਤੇ ਹਰ ਥਾਂ ਦਾ ਵੱਖਰਾ ਵੱਖਰਾ ਦੁੱਧ ਲੈ ਲਵੋ। ਅਸੀਂ ਚੌਵਾਂ ਥਣਾਂ ਦਾ ਦੁੱਧ ਅਸਾਂ ਉੱਥੋਂ ਉਸੇ ਤਰਤੀਬ ਨਾਲ ਚੁੱਕ ਲਿਆਉਂਦਾ, ਉਹ ਅਗਲੇ ਦੋ ਥਣਾਂ ਦਾ, ਇਹ ਪਿਛਲੇ ਦੋ ਥਣਾਂ ਦੁੱਧ। ਠੀਕ ਹੈ, ਹੁਣ ਜਿੰਨਾ ਜਿੰਨਾ ਦੁੱਧ ਹੈ ਇਹਦੇ ਵਿੱਚ ਅਸਾਂ ਜਿਹੜਾ 3% ਮਹਿਲੂਲ ਬਣਾਇਆ ਉਹ ਪਾਵਾਂਗੇ। ਠੀਕ ਹੈ ਜੀ, ਇਹ 3% ਜਿਹੜਾ ਆਹ ਮਹਿਲੂਲ ਤਿਆਰ ਕੀਤਾ ਸੀ ਸਰਫ ਦਾ, ਇਹ ਉਹ ਵੇ। ਠੀਕ ਹੈ ਜੀ, ਇਹ ਅੰਦਾਜ਼ੇ ਨਾਲ ਅਸੀਂ ਇਹਨਾਂ ਦੇ ਵਿੱਚ ਜਿੰਨਾ ਜਿੰਨਾ ਦੁੱਧ ਹੈ ਉਨਾ ਉਨਾ ਮਹਿਲੂਲ ਪਾਵਾਂਗੇ ਜੀ। ਠੀਕ ਹੈ ਜੀ, ਇਹਨੂੰ ਹਿਲਾ ਲਿਆ ਜ਼ਰਾ ਇੱਕ ਹਰ ਦਫ਼ਾ। ਪਰਾਂ ਕਰ ਲਾ ਯਾਰ ਭਾਂਡੇ ਥੋੜ੍ਹੇ ਜਿਹੇ। ਹਾਂ ਇਹ ਜੀ ਠੀਕ ਹੈ ਜੀ, ਇਹ ਮਹਿਲੂਲ ਅਸਾਂ ਬਣਾ ਲਿਆ। ਹੁਣ ਇਸ ਮਹਿਲੂਲ ਨੂੰ ਆਪਣਾ ਦੁੱਧ ਵਿੱਚ ਇਹ 3% ਮਹਿਲੂਲ ਜਿਹੜਾ ਉਹ ਮਿਕਸ ਕਰਤਾ। ਹੁਣ ਅਸੀਂ ਇਹਨੂੰ ਹਿਲਾਵਾਂਗੇ। ਹਿਲਾਉਂਦਿਆਂ ਹੋਇਆਂ ਵੀ ਖਿਆਲ ਰੱਖਣਾ ਕਿ ਤੁਸੀਂ ਚਾਰ ਚਮਚੀਆਂ ਲੈ ਲਓ, ਬਲਕਿ ਉਹ ਜਿਹੜੀ ਕਿੱਟ ਹੁੰਦੀ ਉਹਦੇ ਨਾਲ ਤਾਂ ਉਹ ਹੈਂਡਲ ਜਿਹਾ ਬਣਿਆ ਹੁੰਦਾ, ਉਹਦੇ ਨਾਲ ਹਿਲਾ ਲਈਦਾ। ਇੱਥੇ ਸਾਡੇ ਕੋਲ ਕਿੱਟ ਤਾਂ ਕੋਈ ਨਹੀਂ, ਇਸ ਵਾਸਤੇ ਅਸੀਂ ਚਮਚੀ ਲੈ ਲਈ ਹੈ, ਅਤੇ ਹਰ ਮਹਿਲੂਲ ਨੂੰ ਹਿਲਾਉਣ ਤੋਂ ਬਾਅਦ ਅਸੀਂ ਚਮਚੀ ਜਿਹੜੀ ਹੈ ਨਾ ਜੀ ਉਹਨੂੰ ਧੋਵਾਂਗੇ। ਅਤੇ ਇਹਦੇ ਇਹ ਚਾਰ ਰਿਜ਼ਲਟ ਨੇ ਆਉਣ ਜਿਹੜੇ ਨੇ ਮਤਵੱਕਾ ਹੁੰਦੇ ਨੇ ਜੀ, ਜਾਂ ਤਾਂ ਬਿਲਕੁਲ ਠੀਕ ਹੈ ਜਾਂ ਛੋਟੀਆਂ ਛੋਟੀਆਂ ਫੁਟਕਰੀਆਂ। ਠੀਕ ਹੈ ਜੀ, ਉਹ ਖਰਾਬੀ ਦਾ ਪਹਿਲਾ ਦਰਜਾ, ਉਹ ਜਾਂ ਉਸ ਤੋਂ ਬਾਅਦ ਹਲਕੇ ਹਲਕੇ ਰੇਸ਼ੇ ਥੋੜ੍ਹਾ ਜਿਹਾ ਲੇਸਦਾਰ, ਉਹ ਖਰਾਬੀ ਦਾ ਦੂਸਰਾ, ਅਤੇ ਜਿਹੜੀ ਖਰਾਬੀ ਆਪਣੇ ਰੂਜ 'ਤੇ ਹੁੰਦੀ ਹੈ ਉਹ ਬਿਲਕੁਲ ਲੇਸਦਾਰ ਜੈਲੀ ਬਣ ਜਾਂਦਾ। ਅਤੇ ਅੱਲਾ ਪਾਕ ਕਰਮ ਕਰੇ ਅਤੇ ਜੀ ਖੈਰ ਕਰੇ, ਹੁਣ ਅਸੀਂ ਕਰਨ ਲੱਗੇ ਹਾਂ ਜੀ ਇਨਸ਼ਾਅੱਲਾ ਤਾਲਾ। ਇਹ ਸੀ ਪਹਿਲੇ ਥਣ ਦਾ, ਇਹਨੂੰ ਮਿਕਸ ਕੀਤਾ। ਠੀਕ ਹੈ ਜੀ, ਅਸਾਂ ਅਹਤਿਆਤਨ ਚਮਚ ਧੋ ਲਿਆ। ਫਿਰ ਹੁਣ HY ਵਾਲੀ ਸਾਈਡ ਦੇ ਅਗਲਾ ਤੇ ਹੋਣਾ ਪਿਛਲਾ ਥਣ। ਠੀਕ ਹੈ ਜੀ, ਇਹ ਅਸੀਂ ਹਿਲਾ ਰਹੇ ਹਾਂ ਇਹਨੂੰ। ਠੀਕ ਹੈ ਜੀ, ਅਲਹਮਦੁਲਿਲਾ ਇਹ ਵੀ ਠੀਕ ਹੈ ਜੀ, ਅਸਾਂ ਅਹਤਿਆਤਨ ਫਿਰ ਚਮਚ ਧੋ ਲਿਆ। ਇਹ ਹੁਣ ਦੂਸਰੀ ਸਾਈਡ ਦੇ ਪਹਿਲੋਂ ਅਗਲਾ ਥਣ, ਅੱਛੀ ਤਰ੍ਹਾਂ ਹਿਲਾਉਣਾ ਮਿਕਸ ਕਰਨਾ। ਬਾਰ ਬਾਰ ਧੋਣ ਦੀ ਬਜਾਏ ਤੁਸੀਂ ਉਹ ਇੱਕ ਵਾਰੀ ਚਾਰ ਚਮਚ ਵਿੱਚ ਰੱਖ ਲਓ, ਜਾਂ ਜਿਹੜੀ ਬੜੀ ਬਣਾਈ ਕਿੱਟ ਹੁੰਦੀ ਉਹਦੇ ਵਿੱਚ ਥੋੜ੍ਹਾ ਹਲਕਾ ਥੋੜ੍ਹਾ ਥੋੜ੍ਹਾ ਲੈ ਕੇ ਦੁੱਧ, ਉਹ ਫਿਰ ਹੱਥ ਦੇ ਨਾਲ ਉਹਦਾ ਮੁੱਠੀ ਬਣੀ ਹੁੰਦੀ, ਹੱਥ ਦੇ ਨਾਲ ਹੀ ਹਿਲਾਉਂਦੇ ਰਹਿੰਦੇ ਨੇ। ਠੀਕ ਹੈ ਜੀ, ਇਹਨੂੰ ਵੀ ਹਿਲਾ ਲਿਆ ਅਸਾਂ। ਹੁਣ ਫਿਰ ਜਿਹੜਾ ਚਮਚ ਧੋ ਲੈਂਦੇ ਹਾਂ। ਚਮਚ ਵੇਖੋ ਫਿਰ ਧੋਤਾ, ਧੋ ਕੇ ਤੇ ਹੁਣ ਪਿਛਲੇ ਥਣ 'ਚ ਚੌਥੇ ਥਣ। ਹੁਣ ਅਸੀਂ ਵੇਖਦੇ ਹਾਂ ਕਿ ਇਹਨਾਂ ਦੀ ਕੀਮੀ ਹਾਲਤ ਦੇ ਵਿੱਚ, ਦੁੱਧ ਦੀ ਕੀਮੀ ਹਾਲਤ 'ਚ ਕੋਈ ਤਬਦੀਲੀ ਆਈ ਹੈ ਜਾਂ ਨਹੀਂ ਆਈ। ਠੀਕ ਹੈ ਜੀ, ਅਤੇ ਦੁਆ ਤਾਂ ਇਹੋ ਹੀ ਕਰਨੀ ਚਾਹੀਦੀ ਕਿ ਨਾ ਆਵੇ, ਜਾਨਵਰ ਸਾੜੂ ਤੋਂ ਬਚਿਆ ਹੋਵੇ। ਅਤੇ ਅੱਗੋਂ ਦੇਖਦੇ ਹਾਂ ਹੁਣ ਜੀ, ਅੱਲਾ ਪਾਕ ਕਰਮ ਕਰੇ। ਇਹ ਜੀ ਪਹਿਲੇ ਥਣ ਦਾ ਦੁੱਧ, ਤੁਸੀਂ ਵੇਖਦੇ ਹੋ ਕਿ ਦੁੱਧ ਦੇ ਵਿੱਚ
किसी किस्म की कोई तब्दीली नहीं आई। ठीक है, किसी किस्म की कोई तब्दीली नहीं। एच वाई वाली साइड तो पिछले थान का दुद्ध जी, ये भी अलहमदुल्ला किसी किस्म की कोई तब्दीली नहीं आई, ये भी थान ठीक है। इस मखफी साड़ू का ये जो सर्फ टैसट के जरिए पता करना है, यह सारी प्रैक्टिस या प्रैक्टिकल होता है। यह हूँ अगला थान दूसरी साइड का, ठीक है जी। अलहमदुल्ला जी, अल्लाह पाक का करम है जी, इस दुद्ध भी किसी किस्म की कोई तब्दीली नहीं आई। ठीक है जी, यह पिछले थान का दुद्ध आ गया जी, दुध तो सर्फ जो मिक्स किया महलूल अमेजा जो तैयार किया हिलाने बाद, ठीक है जी, ये भी अलहमदुल्ला किसी किस्म की कोई तब्दीली नहीं आई। तो लिहाजा जड़ा माशाल्लाह साडा जानवर ये मखफी साड़ू तो पा के जी, ये सारा जड़ा सी सर्फ टैसट का प्रैक्टिकल सी जड़ा सी तुहानू विखाया, तो ये गाहे बगाहे करते रहने असी अपने जानवरों से। ठीक है जी, तो हर डेरे वाले चाहिए कि गाहे बगाहे ये सर्फ टैसट जड़ा वो अपने डेरे ते करते रहना चाहिए, ताकि जे किसी जानवर को खुदा ना खास्ता कोई मखफी साड़ू होया तो उदा पता चल जाए, तो जिवें यदा कोई पता चल जाए तो यदि फिर फौरी जी ट्रीटमेंट डॉक्टर साहब जो थोड़ा मुकामी डॉक्टर हो रजू करो। ठीक है जी, मुकामी डॉक्टर रजू करो, जो खुदा ना खास्ता कोई मसला निकल आता जड़िया तुहानू सूरत हाल दसिया, एक तो बिल्कुल साफ, तो तीन जड़िया दूसरिया सूरत हाल ने। ठीक है जी, जे चो जड़ा मखफी सोशे हवाना मखफी साड़ू है मखफी थनर हो गए जिदा बजाहर पता नहीं लगता उदा इलम हो जाता है। ठीक है, चौदह चौदह ओदा इलम हो जाता है। ये तुहानू असा प्रैक्टिकल करके विखाता, तो ये अपने हड़ दे विच अपना फ्रीकुएंटली जरा करते रहा करो। ठीक है जी, तो तुहानू इस तरह तुसी सोशे हवाना तो थन रोग तो मखफी साड़ू तो साड़ू दे मराज तो थन रोग दे हवाने दे मराज तो बचे रहिंदे हो, तुहानू पता लगता रहिंदा अपने जानवर का। ये और जे खुदा ना खास्ता कोई मसला निकल आए तो वास्ते फिर तुसी बर वक्त हिफाजती इकदामात कर सकते हो, बजाय इस दे कि मखफी तो शदीद हालत चला जाए तो उदों जो वाजे तब्दीली नज़र आए तो तुसी उदा इलाज मुआलजा शुरू करो, तो उदों फिर बीमारी नूं फड़ना मुश्किल हो जाता क्योंकि जोर फड़ जाती है। तो इस तरह मखफी साड़ू तो जिहड़ा तुसी सर्फ टैसट करदे हो इहदे नाल तुहानू चौंका पहलों ही इलम हो जाता। ठीक है, तो बीमारी जिहड़ी है वह अपना थन रोग दी वह हवाने की बीमारी जिहड़ी इब्तदा ते फड़ी जाती है, तो उदा इलाज करना आसान हो जाता जी। तो यह अज तुहानू प्रैक्टिकल करके विखाया, तुहाडे वक्त देने का बहुत शुक्रिया। जे साडी इनफॉर्मेशन तुहानू चंगी लगी होवे तो इहनू लाइक करो शेयर करो। ठीक है जी, तो साडे चैनल नू सबसक्राइब करो ताकि आने वाली हर वीडियो बर वक्त तुहाडे कोल पहुँचे, तो बैल का बटन दबाओ। बहुत शुक्रिया जी। ठीक है जी, अस्सलामु अलैकुम।